ਅੱਜ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾ ਸਾਂਸੀ ਦੇ ਪਿੰਡ ਸੋਹਰਾ ਵਿੱਚ ਬੂਥ ਨੰਬਰ 123 ਉੱਤੇ ਕੁੱਲ 613 ਵੋਟਾਂ ਪਾਉਣ ਦਾ ਕੰਮ ਚੱਲ ਰਿਹਾ ਹੈ। ਪੂਰੇ ਇਲਾਕੇ ਵਿੱਚ ਅਮਨ ਅਮਾਨ ਦੇ ਨਾਲ ਵੋਟਾਂ ਪਾਈਆਂ ਜਾ ਰਹੀਆਂ ਨੇ। ਜਿੱਥੇ ਪੁਲਿਸ ਨੇ ਬਹੁਤ ਹੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ, ਉੱਥੇ ਕਿਸੇ ਵੀ ਵੋਟਰ ਨੂੰ ਬਿਨਾਂ ਕਿਸੇ ਸ਼ਨਾਖਤ ਤੋਂ ਵੋਟ ਪਾਉਣ ਦਾ ਕੋਈ ਅਧਿਕਾਰ ਨਹੀਂ ਦਿੱਤਾ ਜਾ ਰਿਹਾ ਅਤੇ ਹਰੇਕ ਦੀ ਜ਼ਬਰਦਸਤ ਚੈਕਿੰਗ ਕਰਕੇ ਹੀ ਪੋਲਿੰਗ ਬੂਥ ਦੇ ਅੰਦਰ ਜਾਣ ਦਿੱਤਾ ਜਾ ਰਿਹਾ ਹੈ। ਦੁਬਾਰਾ ਹੋ ਰਹੀ ਪੋਲਿੰਗ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਵੀ ਕਾਫ਼ੀ ਫਿੱਕਾ ਵੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਪੋਲਿੰਗ ਦੀ ਰਫ਼ਤਾਰ ਕਾਫ਼ੀ ਢਿੱਲੀ ਚੱਲ ਰਹੀ ਹੈ। ਚੋਣ ਕਮਿਸ਼ਨ ਦੇ ਆਂਕੜੇ ਅਨੁਸਾਰ 1 ਵਜੇ ਤੱਕ ਇਹਨਾਂ ਬੂਥਾਂ ਉੱਤੇ 25% ਵੋਟਿੰਗ ਹੋ ਚੁੱਕੀ ਹੈ। ਜਿਹੜੀ ਰੀਪੋਲ ਹੋ ਰਹੀ ਹੈ ਉਹਦੇ ਇਹ ਤਾਂ ਸਾਨੂੰ ਵੀ ਨਹੀਂ ਪਤਾ ਵੀ ਕਿਸ ਬੇਸ 'ਤੇ ਰੀਪੋਲ ਹੋ ਰਹੀ ਹੈ, ਲੇਕਿਨ ਸਾਡੇ ਵੱਲੋਂ ਤੋਂ ਪਹਿਲਾਂ ਵੀ ਪੁਲਿਸ ਦੀ ਕੋਈ ਨੈਗਲੀਜੈਂਸੀ ਨਹੀਂ ਸੀਗੀ ਅਤੇ ਹੁਣ ਵੀ ਕਿਸੇ ਪੂਰੇ ਪੁਖਤਾ ਮਤਲਬ ਜਿਹੜੇ ਸਾਡੇ ਇੰਤਜ਼ਾਮ ਨੇ, ਇਹਦੇ ਕੋਈ ਬਾਹਰੋਂ ਦੀ ਕੋਈ ਇੰਟਰਫੇਰੈਂਸ ਨਹੀਂ ਹੋ ਸਕਦੀ। ਜਿਸ ਟਾਈਮ ਪੋਲਿੰਗ ਸਟਾਰਟ ਹੋਈ 7 o'clock ਤੋਂ ਲੈ ਕੇ ਸ਼ਾਮੀ 6 o'clock ਤੱਕ ਜਿਹੜੀ ਹੈਗੀ ਹੈ, ਨਾਲੇ ਸਟਰੈਂਥ ਜਿਹੜੀ ਸਾਡੀ ਲੱਗੀ ਹੋਈ ਹੈ 75 ਦੇ ਅਰਾਊਂਡ ਲੱਗੀ ਹੋਈ ਹੈ ਇਨਕਲੂਡਿੰਗ ਜੀਓਜ਼, ਅਤੇ ਸਾਡੇ ਤਾਂ ਇੰਤਜ਼ਾਮ ਠੀਕ ਠਾਕ ਨੇ, ਵਧੀਆ ਇੰਤਜ਼ਾਮ ਕੀਤੇ ਹੋਏ ਨੇ। ਅਤੇ ਸਾਡੇ ਇੱਥੇ ਵੈਸੇ ਜਦ ਪਹਿਲਾਂ ਜਿਹੜੀ ਪੋਲ ਹੋਈ ਸੀਗੀ ਉਸ ਟਾਈਮ 2 ਕਾਂਸਟੇਬਲ ਸੀਗੇ, ਲੇਕਿਨ ਹੁਣ ਤਾਂ 75 ਦੇ ਅਰਾਊਂਡ 75 ਲੱਗੇ ਨੇ। ਕਿੰਨੀ ਵੋਟਿੰਗ ਹੋਈ ਇੱਥੇ? 6048 ਟੋਟਲ ਵੋਟਸ ਨੇ, ਅਤੇ ਡਿਪੈਂਡ ਕਰਦਾ ਕਿ ਵੋਟਰਸ ਕਦ ਆ ਕੇ ਆਪਣੀ ਪੋਲ ਕਰਦੇ ਨੇ। ਮਾਣਯੋਗ ਚੁਣਾਵ ਕਮਿਸ਼ਨ ਵੱਲੋਂ ਜਿਹੜੀ ਅੱਜ ਰੀਪੋਲ ਦੇ ਹੁਕਮ ਹੋਏ ਆ, ਉਹਦੇ ਵਿੱਚ ਅਸੀਂ ਆਲਮੋਸਟ 75 ਪੁਲਿਸ ਅਫੀਸ਼ੀਅਲ ਡਿਪਲੋਏ ਕੀਤੇ ਆ ਤਾਂ ਜੋ ਪ੍ਰੋਪਰ ਫੇਅਰ ਔਰ ਜਿਹੜੀ ਆ ਸਮੂਥ ਇਲੈਕਸ਼ਨ ਜਿਹੜੀ ਹੋ ਸਕੇ। ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਜੀ ਇੱਥੇ? ਅਸੀਂ ਜੀ ਇਹਦਾ ਆਊਟਰ ਕੋਡਨ ਲਗਾਇਆ, ਨਾਕਾਜ਼ ਲਗਾਏ ਨੇ ਤਾਂ ਜੋ ਕੋਈ ਜਿਹੜੀ ਅਨਵਾਂਟਿਡ ਐਂਟਰੀ ਨਾ ਹੋ ਸਕੇ ਔਰ ਵੋਟਰ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਕਿੰਨੀ ਫੋਰਸ ਲਾਈ ਹੈ ਸਰ? ਅਸੀਂ ਆਲਮੋਸਟ 75 ਦੇ ਕਰੀਬ ਪੁਲਿਸ ਅਫੀਸ਼ੀਅਲ ਆਏ, 3 ਅਸੀਂ ਸਟ੍ਰਾਈਕਿੰਗ ਰਿਜ਼ਰਵ ਰੱਖੀਆਂ ਨੇ ਬਾਹਰ ਔਰ 20 ਦੇ ਕਰੀਬ ਅਸੀਂ ਪੋਲਿੰਗ ਸਟੇਸ਼ਨ 'ਤੇ ਡਿਊਟੀ ਲਗਾਈ। ਪੋਲਿੰਗ ਬੂਥ ਤੋਂ ਕਿੰਨੀ ਦੂਰ ਬੰਦੇ ਰੱਖੇ ਤੁਸੀਂ? ਅਸੀਂ ਸਟ੍ਰਾਈਕਿੰਗ ਰਿਜ਼ਰਵ ਬਾਹਰ ਰੱਖਦੇ ਹਾਂ ਹਮੇਸ਼ਾ, ਇਹ ਆਊਟਰ 'ਤੇ ਹੁੰਦੀ ਹੈ। ਬਿਊਰੋ ਰਿਪੋਰਟ, ਦ ਟੀ ਵੀ, NRI।